ਸੋ ਹੈ ਗਾਈਜ਼, ਬਸ ਸਭ ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਂਗੇ। ਮੋਸਟ ਲਵਡ ਵਰਸਿਜ਼ ਮੋਸਟ ਹੇਟਡ ਪੰਜਾਬੀ ਸਿੰਗਰਸ, ਓਕੇ, ਕਿ ਕਿਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ, ਮਤਲਬ ਨਜਾਇਜ਼ ਹੀ ਪਿਆਰ ਮਿਲਦਾ, ਅਤੇ ਕਈਆਂ ਨੂੰ ਨਜਾਇਜ਼ ਹੀ ਹੇਟ ਮਿਲਦੀ ਹੈ ਲੈਵਲ ਦੀ, ਠੀਕ ਹੈ। ਨਜਾਇਜ਼ ਦਾ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ, ਠੀਕ ਹੈ, ਉੱਦਾਂ ਨਾ ਕਿਉਂਕਿ ਨਜਾਇਜ਼ ਪਿਆਰ ਨਜਾਇਜ਼ ਮਿਲ ਰਿਹਾ, ਇੱਦਾਂ ਨਹੀਂ, ਮਤਲਬ ਜਿਹਨੂੰ ਬਹੁਤ ਹੱਦੋਂ ਵੱਧ ਪਿਆਰ ਮਿਲਦਾ। ਮਿੱਤਰੋ, ਆਹ ਨੇ ਕੁਝ ਮਿਊਜ਼ਿਕ ਇੰਡਸਟਰੀ ਦੇ ਜਾਣੇ ਮਾਣੇ ਪੰਜਾਬੀ ਸਿੰਗਰਸ ਜਿਨ੍ਹਾਂ ਤੋਂ ਯਾਰ ਸਭ ਤੋਂ ਵੱਧ ਨਫ਼ਰਤ ਕੀਤੀ ਗਈ ਤੇ ਜਿਨ੍ਹਾਂ ਨੂੰ ਸਭ ਤੋਂ ਵੱਧ ਪਿਆਰ ਤੇ ਰਿਸਪੈਕਟ ਮਿਲੀ। ਜੇਕਰ ਸ਼ੁਰੂਆਤ ਕਰੀਏ ਸਭ ਤੋਂ ਵੱਧ ਹੇਟ ਮਿਲੇ ਪੰਜਾਬੀ ਆਰਟਿਸਟ ਦੀ, ਤਾਂ ਉਹਨਾਂ ਚੋਂ ਸਭ ਤੋਂ ਪਹਿਲਾਂ ਆ ਜਾਂਦੇ ਨੇ ਇਟਸ ਯੋਰ ਬੋਏ ਬਾਦਸ਼ਾਹ, ਮਗਰ ਕਿਉਂ, ਜੋ ਕਿ ਬਹੁਤ ਹੀ ਫੇਮਸ ਇੰਡੀਅਨ ਸਿੰਗਰ ਤੇ ਰੈਪਰ ਨੇ, ਮੈਨੂੰ ਦੱਸਣ ਦੀ ਲੋੜ ਨਹੀਂ, ਬਟ ਇਹਨਾਂ ਨੇ ਇੱਕ ਗਲਤੀ ਕਰਤੀ ਸੀ ਆਪਣੇ ਇੱਕ ਗੋਨ ਗਰਲ ਨਾਮ ਦੇ ਗਾਣੇ 'ਚ ਇਹ ਬੋਲ ਕੇ। ਸਾਰੇ ਜਾਣਦੇ ਨੇ ਬਾਦਸ਼ਾਹ ਦੇ ਵੱਲੋਂ ਇਹ ਲਾਈਨ ਹਨੀ ਸਿੰਘ ਨੂੰ ਕਹੀ ਗਈ ਸੀ, ਐਂਡ ਉਸ ਸਮੇਂ ਹਨੀ ਸਿੰਘ ਬਾਈਪੋਲਰ ਡਿਸਆਰਡਰ ਨਾਮ ਦੀ ਬਿਮਾਰੀ ਨਾਲ ਲੜ ਰਹੇ ਸੀ, ਐਂਡ ਇਸੇ ਕਾਰਨ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਹੇਟ ਮਿਲਿਆ ਤੇ ਉਹਨਾਂ ਦੀ ਮੈਂਟੈਲਿਟੀ ਦਾ ਨੈੱਟ ਤੇ ਵੀ ਕਾਫੀ ਮਜ਼ਾਕ ਬਣਿਆ, ਐਂਡ ਬਾਦਸ਼ਾਹ ਨੂੰ ਅੱਜ ਤੱਕ ਹੇਟ ਮਿਲਦਾ ਆ ਰਿਹਾ ਹੈ। ਜਿਆਨ ਹੈ ਆਪ, ਐਂਡ ਯਾਰ ਦੂਜੇ ਪਾਸੇ ਆ ਜਾਂਦੇ ਨੇ ਦਿਲਜੀਤ ਦੋਸਾਂਝ, ਜਿਨ੍ਹਾਂ ਦੇ ਲਾਈਵ ਕਾਨਸਰਟ ਦੀਆਂ ਟਿਕਟਾਂ ਲਈ ਪੂਰਾ ਵਰਲਡ ਅੱਜ ਕੱਲ ਝੱਲਾ ਹੋਇਆ ਫਿਰਦਾ ਹੈ। ਦਿਲਜੀਤ ਕੰਸਿਸਟੈਂਸੀ ਤੇ ਹਾਰਡ ਵਰਕ ਦੀ ਜਿਉਂਦੀ ਜਾਗਦੀ ਮਿਸਾਲ। ਬਾਈ ਬੰਦੇ ਕੋਲ ਟਾਈਮ ਕਿਵੇਂ ਹੈ ਨਾ, ਮੈਨੂੰ ਸਮਝ ਨਹੀਂ ਆ ਰਿਹਾ। ਸਾਲ 'ਚ ਫਿਲਮ ਵੀ ਕਰਨੀ ਹੈ, ਅੰਤਾਂ ਦੇ ਲਾਈਵ ਸ਼ੋਜ਼ ਕਰਨੇ, ਗਾਣੇ ਕਰਨੇ, ਐਲਬਮ ਕਰ ਦਿੰਦਾ ਬਾਈ ਆਲਮੋਸਟ, ਠੀਕ ਹੈ, ਕੁਛ ਬਾਲੀਵੁੱਡ ਫਿਲਮਾਂ ਦੇ ਗਾਣੇ ਕਰਨੇ, ਬਾਲੀਵੁੱਡ ਫਿਲਮ ਵੀ ਕਰ ਲੈਂਦਾ ਬਾਈ ਜਾ ਕੇ, ਠੀਕ ਹੈ, ਬਹੁਤ ਕੁਛ ਕਰੀ ਜਾਂਦਾ ਬੰਦਾ, ਪੋਡਕਾਸਟ ਵੀ ਕਰੀ ਜਾਂਦੇ ਵਿੱਚ ਵਿੱਚ, ਕਿਉਂਕਿ ਇਹਨਾਂ ਨੂੰ ਪੰਜਾਬੀ ਇੰਡਸਟਰੀ ਤੇ ਵਿੱਚ ਘੁੰਮਦੇ ਫਿਰਦੇ ਚਿੱਲ ਕਰਦੇ ਵੀ ਦਿਖ ਜਾਂਦਾ ਬਾਈ। ਕੰਮ ਕਰਦੇ ਆ ਲਗਭਗ 23-24 ਸਾਲ ਹੋ ਚੁੱਕੇ ਨੇ, ਜਿਸ ਵਿੱਚ ਇਹਨਾਂ ਨੇ ਕੋਈ ਫਿਲਮ ਕੋਈ ਸੌਂਗ ਨਹੀਂ ਛੱਡਿਆ ਕਰਨ ਤੋਂ, ਤੇ ਬੰਦਾ ਆਪਣੇ ਆਪ ਨੂੰ ਟਾਈਮ ਨਾਲ ਇਵੋਲਵ ਕਰਦਾ ਰਿਹਾ। ਉਤੋਂ ਯਾਰ ਦਲਜੀਤ ਜਿੱਥੇ ਵੀ ਜਾਂਦੇ ਨੇ ਸਾਡੀ ਪੰਜਾਬੀ ਬੋਲੀ ਨੂੰ ਜ਼ਰੂਰ ਰਿਪ੍ਰੈਜ਼ੈਂਟ ਕਰਦੇ ਨੇ। ਆ ਪੰਜਾਬੀ ਆ ਗਿਆ ਅਬੂ ਰਬੀਆ, ਐਂਡ ਇਸੇ ਕਾਰਨ ਦਲਜੀਤ ਦੋਸਾਂਝ 2024 ਦੇ ਸਭ ਤੋਂ ਵੱਧ ਪਿਆਰ ਕੀਤੇ ਗਏ ਆਰਟਿਸਟ ਵਾਲੀ ਲਿਸਟ 'ਚ ਆਪਣਾ ਨਾਮ ਦਰਜ ਕਰਵਾ ਚੁੱਕੇ ਆ। ਪਰ ਯਾਰ ਇਸੇ ਦੇ ਉਲਟ ਆ ਜਾਂਦੇ ਨੇ ਏਪੀ ਢਿੱਲੋਂ, ਜਿਨ੍ਹਾਂ ਨੇ ਬ੍ਰਾਊਨ ਮੁੰਡੇ ਐਂਡ ਐਕਸਕਿਊਜ਼ਿਸ ਵਰਗੇ ਆਪਣੇ ਸੁਪਰ ਹਿੱਟ ਗਾਣਿਆਂ ਨਾਲ ਆਡੀਅੰਸ ਨੂੰ ਆਪਣਾ ਦੀਵਾਨਾ ਬਣਾ ਲਿਆ, ਪਰ ਉਹਨਾਂ ਦੀ ਇੱਕ ਗਲਤੀ ਕਾਰਨ ਉਹਨਾਂ ਤੋਂ ਅੱਜ ਤੱਕ ਨਫ਼ਰਤ ਕੀਤੀ ਜਾਂਦੀ ਹੈ। ਕਿਉਂਕਿ ਯਾਰ ਉਹਨਾਂ ਨੇ ਆਪਦੀ ਇੱਕ ਪੋਸਟ 'ਚ ਤਿਰੰਗੇ ਦੇ ਕਲਰ ਦੇ ਬੂਟ ਪਾਏ ਹੋਏ ਸਨ, ਜਿਸ ਦੇ ਕਾਰਨ ਉਹਨਾਂ ਤੇ ਖਾਲਿਸਤਾਨੀ ਹੋਣ ਦਾ ਵੀ ਟੈਗ ਲਾਇਆ ਗਿਆ। ਉਹਨਾਂ ਵੱਲੋਂ ਕੋਚੈਲਾ 'ਚ ਆਪਦੀ ਪਰਫਾਰਮੈਂਸ ਦੌਰਾਨ ਆਪਣੇ ਸ਼ੋਅ ਦੇ ਐਂਡ 'ਚ ਗਿਟਾਰ ਤੋੜਨ ਤੇ ਵੀ ਹੇਟ ਮਿਲਿਆ ਸੀ। ਯਾਰ ਗਿਟਾਰ ਬਹੁਤ ਆਰਟਿਸਟ ਤੋੜਦੇ ਆ, ਠੀਕ ਹੈ, ਨਾਲੇ ਉਹ ਉੱਦਾਂ ਦਾ ਕੋਈ ਨਹੀਂ ਸੀਗਾ ਸ਼ੂਜ਼ ਵਾਲੀ ਸੀਨ, ਠੀਕ ਹੈ, ਮਤਲਬ ਪਤਾ ਕੀ ਗੱਲ ਆ, ਉਹ ਨਹੀਂ ਹੋ ਸਕਦਾ ਤਿਰੰਗਾ, ਨਹੀਂ ਜੇ ਤਿਰੰਗਾ ਅਸ਼ੋਕ ਚੱਕਰ ਤੋਂ ਬਿਨਾਂ ਜੋ ਸਾਡਾ ਹੈਗਾ ਉਹਦੇ ਤੋਂ ਬਿਨਾਂ ਅਧੂਰਾ ਹੈ ਨਾ, ਤਾਂ ਉਹ ਤਿਰੰਗਾ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਜੁੱਤੇ 'ਤੇ। ਬਾਕੀ ਕੋਈ ਗੱਲ ਨਹੀਂ, ਲੋਕਾਂ ਦਾ ਜਿਵੇਂ ਦਿਲ ਕਰਦਾ ਉਹ ਕਰ ਸਕਦੇ ਨੇ, ਉਹਨੂੰ ਅਸ਼ੋਕ ਚੱਕਰ ਹੀ ਕਹਿੰਦੇ ਨਾ, ਮੈਂ ਕਿਤੇ ਮੈਂ ਗਲਤ ਬੋਲ ਦਵਾਂ, ਚੱਕਰ ਹਾਂ, ਨਹੀਂ 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 ਇਹਦਾ ਕੋਈ ਮੈਡਲ ਨਹੀਂ ਹੁੰਦਾ, ਇੱਕ ਮਿੰਟ ਮੈਂ ਕਹਿੰਦਾ, ਯੈਸ 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 ਯੈਸ, ਸ਼ੁਕਰ ਹੈ, ਠੀਕ ਹੈ, ਕਿਤੇ ਮੈਂ ਗਲਤ ਹੀ ਬੋਲਦਾ ਹਾਂ। ਮੈਂ ਕਿਹਾ ਲੋਕਾਂ ਦਾ ਕਹਿਣਾ ਸੀ ਕਿ ਏਪੀ ਨੂੰ ਆਪਣੇ ਇੰਸਟਰੂਮੈਂਟਸ ਦੀ ਰਿਸਪੈਕਟ ਨਹੀਂ ਕਰਨੀ ਆਉਂਦੀ, ਉਸ ਦੇ ਨਾਲ ਹੀ ਏਪੀ ਢਿੱਲੋਂ ਨੂੰ ਇੱਕ ਓਵਰਰੇਟਡ ਪੰਜਾਬੀ ਸਿੰਗਰ ਵੀ ਦੱਸਿਆ ਜਾਂਦਾ ਹੈ, ਤੇ ਯਾਰ ਜਿੱਥੇ ਰਿਲੇਟ ਕਰਦੇ ਨੇ, ਐਂਡ ਔਜਲੇ ਨੂੰ ਉਸਦੀ ਐਂਟਰਟੇਨਿੰਗ ਪਰਸਨੈਲਿਟੀ ਲਈ ਵੀ ਫੈਨਸ ਵੱਲੋਂ ਪਸੰਦ ਕੀਤਾ ਜਾਂਦਾ ਹੈ, ਤੇ ਬਾਕੀ ਬਾਈ ਦੀ ਕਲਮ ਤਾਂ ਹੈ ਹੀ ਲਾਜਵਾਬ, ਜਿਸ ਕਾਰਨ ਉਹਨਾਂ ਨੇ ਅੱਜ ਦੇ ਟੌਪ
ਅੱਜ ਤਾਂ ਬੰਦਾ ਫੈਸ਼ਨ ਆਈਕਨ ਬਣੀ ਬੈਠਾ ਹੈ ਦੇ ਪੰਜਾਬੀ ਆਰਟਿਸਟਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ, ਜਿਸ ਦੇ ਫਿਰ ਉਲਟ ਆ ਜਾਂਦਾ ਹੈ। ਨਸੀਬ ਨਾਮ ਦਾ ਰੈਪਰ ਜਿਸ ਨੂੰ ਸਿੱਧੂ ਮੂਸੇਵਾਲੇ ਨਾਲ ਆਏ ਓਲਡ ਸਕੂਲ ਗਾਣੇ ਕਰਕੇ ਜਾਣਿਆ ਜਾਂਦਾ ਹੈ, ਇਸੀ ਗੱਲ ਤੇ ਨਸੀਬ ਨੇ ਸਿੱਧੂ ਨਾਲ ਕੰਟਰੋਵਰਸੀ ਕਰਤੀ ਸੀ। ਉਸ ਦੇ ਨਾਲ ਹੀ ਇਹਨੇ ਦਲਜੀਤ ਦੋਸਾਂਝ ਨਾਲ ਵੀ ਕੰਟਰੋਵਰਸੀ ਕਰਕੇ ਫੇਮ ਲੈਣ ਦੀ ਕੋਸ਼ਿਸ਼ ਕੀਤੀ ਸੀ। ਵੈਸੇ ਤਾਂ ਜਿਹੜੀ ਨਸੀਬ ਨੇ ਦਲਜੀਤ ਵਾਲੀ ਗੱਲ ਕੀਤੀ ਸੀ, ਉਹ ਕਿਤੇ ਨਾ ਕਿਤੇ ਆਈ ਡੋਂਟ ਨੋ ਫੀਲ ਹੁੰਦੀ ਹੈ ਕਿ ਹੋ ਸਕਦਾ ਸਹੀ ਹੋਵੇ, ਗੋਡ ਨੋਸ, ਲੱਗਦਾ ਥੋੜਾ ਬਹੁਤਾ। ਦਿਲਜੀਤ ਨੂੰ ਇਲੂਮੀਨੇਟੀ ਨਾਮ ਦੀ ਕਮਿਊਨਿਟੀ ਦਾ ਮੈਂਬਰ ਦੱਸ ਗਏ, ਜਿਸ ਕਾਰਨ ਨਸੀਬ ਨੂੰ ਭਰ ਭਰ ਕੇ ਹੇਠ ਮਿਲਿਆ ਐਂਡ ਆਡੀਅੰਸ ਵੱਲੋਂ ਨਸੀਬ ਨੂੰ ਟੈਂਪੂ ਬਦਨਸੀਬ ਤੇ ਨਾ ਜਾਣੇ ਹੋਰ ਕਿਹੜੇ ਕਿਹੜੇ ਨਾਮਾਂ ਨਾਲ ਸਨਮਾਨਿਆ ਗਿਆ, ਜਿਸ ਕਾਰਨ ਨਸੀਬ ਦੀ ਇੰਡਸਟਰੀ 'ਚ ਰੈਪੂਟੇਸ਼ਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਸਿੱਧੂ ਮੂਸੇਵਾਲਾ, ਜਿਨੇ ਆਪਣੇ 4-5 ਸਾਲਾਂ ਦੇ ਕੈਰੀਅਰ ਟਾਈਮ 'ਚ ਇੰਡਸਟਰੀ ਨੂੰ ਹਿਲਾ ਕੇ ਰੱਖਤਾ ਸੀ, ਸਿੱਧੂ ਦੇ ਸੌਂਗਸ ਤੇ ਉਹਨਾਂ 'ਚ ਲਿਖੀ ਗਈ ਰਿਐਲਿਟੀ, ਇਹ ਉਹਨਾਂ ਦੇ ਫੈਨਸ ਨੂੰ ਪਸੰਦ ਤਾਂ ਸੀ ਹੀ, ਬਟ ਬਿਲਕੁਲ ਬਿਲਕੁਲ ਉਹ ਬੰਦੇ ਦਾ ਧੱਕ ਜਿਹੜੀ ਸੀ ਉਹਦੇ ਅੰਦਰ ਇੱਕ ਸਟੈਂਡ ਲੈਂਦਾ ਸੀਗਾ, ਸਹੀ ਗੱਲ ਆ, ਖੜ ਜਾਂਦਾ ਹੁੰਦਾ ਸੀ, ਉਹ ਚੀਜ਼ ਬੜੀ ਵਧੀਆ ਲੱਗਦੀ ਸੀ। ਬਾਕੀ ਪੰਜਾਬੀ ਸਿੰਗਰਸ ਵੀ ਸਿੱਧੂ ਬਾਈ ਨੂੰ ਲੈਜੈਂਡ ਮੰਨਦੇ ਸੀ। ਤੁਹਾਨੂੰ ਦੱਸਦਾ, ਸਿੱਧੂ ਮੂਸੇਵਾਲਾ ਇਕੱਲਾ ਅਜਿਹਾ ਦੇਸੀ ਹਿਪ ਹੌਪ ਆਰਟਿਸਟ ਹੈ ਜਿਸ ਦੇ ਯੂਟਿਊਬ ਚੈਨਲ ਤੇ ਬਾਕੀ ਸਿੰਗਰਾਂ ਨਾਲੋਂ ਸਭ ਤੋਂ ਵੱਧ 25 ਮਿਲੀਅਨ ਸਬਸਕ੍ਰਾਈਬਰ ਹੋਣ ਦਾ ਰਿਕਾਰਡ ਹੈ। ਭਾਵੇਂ ਸਿੱਧੂ ਹੁਣ ਇਸ ਦੁਨੀਆ 'ਚ ਨਹੀਂ ਹੈ, ਬਟ ਉਹਨਾਂ ਦੇ ਗਾਣੇ ਅੱਜ ਵੀ ਰਿਕਾਰਡ ਬਣਾ ਰਹੇ ਨੇ ਤੇ ਇਸ ਲਈ ਇਹ ਇੰਡਸਟਰੀ ਦੇ ਅੱਜ ਸਭ ਤੋਂ ਵੱਧ ਲਵਡ ਪੰਜਾਬੀ ਆਰਟਿਸਟਾਂ 'ਚੋਂ ਆਉਂਦੇ ਨੇ। ਤੇ ਮਿੱਤਰੋ, ਤੁਸੀਂ ਕਿਹੜੇ ਸਿੰਗਰ ਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ? ਇਸ ਵੀਡੀਓ ਨੂੰ ਲਾਈਕ ਕਰਕੇ ਕਮੈਂਟਾਂ 'ਚ ਦੱਸਣਾ। ਇਸ ਵੀਡੀਓ 'ਚ ਕੁਝ ਆਰਟਿਸਟ ਹੋਰ ਐਡ ਹੋ ਸਕਦੇ ਸੀਗੇ, ਕਈਆਂ ਦਾ ਤਾਂ ਚਲੋ ਦੇਖ, ਜਿਵੇਂ ਬੱਬੂ ਮਾਨ ਸਾਹਿਬ ਹੈ, ਬੱਬੂ ਮਾਨ ਸਾਹਿਬ ਨੂੰ ਨਾ ਪਿਆਰ ਬਹੁਤ ਮਿਲਿਆ, ਅੰਤਾਂ ਦਾ ਪਿਆਰ ਮਿਲਿਆ ਉਹਨਾਂ ਨੂੰ, ਠੀਕ ਹੈ। ਉੱਥੇ ਉਹਨਾਂ ਨੂੰ ਕਿਤੇ ਥੋੜ੍ਹੀ ਬਹੁਤੀ ਹੇਟ ਵੀ ਮਿਲ ਜਾਂਦੀ ਹੈ ਅੱਜ ਕੱਲ੍ਹ, ਉੱਦਾਂ ਹੀ ਸਿੱਧੂ ਨੂੰ ਵੀ ਬਹੁਤ ਪਿਆਰ ਮਿਲਿਆ, ਥੋੜ੍ਹੀ ਬਹੁਤੀ ਹੇਟ ਮਿਲ ਜਾਂਦੀ ਹੈ। ਕਰਨ, ਮੈਂ ਇਹ ਗੱਲ ਦੇਖੀ ਹੈ ਕਿ ਹਾਂ, ਹੇਟ ਹਰ ਇੱਕ ਆਰਟਿਸਟ ਨੂੰ ਮਿਲਦੀ ਹੈ, ਪਿਆਰ ਵੀ ਕਿਤੇ ਨਾ ਕਿਤੇ ਹਰ ਇੱਕ ਆਰਟਿਸਟ ਨੂੰ ਮਿਲਦਾ, ਸੋ ਕੰਮ ਅਪ ਐਂਡ ਡਾਊਨ ਚੱਲਦਾ ਰਹਿੰਦਾ, ਇਹ ਹੈਗੀ ਹੈ ਚੀਜ਼। ਬਿਲਕੁਲ, ਸਿੱਧੂ ਦੀ ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਉਹ 'ਚ ਉਹਨੇ ਕਿਹਾ ਸੀਗਾ ਕਿ ਯਾਰ ਜੇ ਮੈਂ 2 ਫੁੱਟ ਅੱਗੇ ਜਾਂਦਾ ਮੈਨੂੰ 4 ਫੁੱਟ, ਮੈਂ 4 ਫੁੱਟ ਪਿੱਛੇ ਆ ਜਾਂਦਾ, ਜ਼ਿੰਦਗੀ ਇੱਦਾਂ ਕਰਦੇ, 4 ਫੁੱਟ ਅੱਗੇ ਜਾਂਦਾ 8 ਫੁੱਟ ਪਿੱਛੇ ਆ ਜਾਂਦਾ, ਠੀਕ ਹੈ। ਕਹਿੰਦਾ ਹੁਣ ਤਾਂ ਮੈਨੂੰ ਇੱਦਾਂ ਲੱਗਦਾ ਜੇ ਮੈਂ ਅੱਗੇ ਜਾ ਰਿਹਾ ਤਾਂ ਲਾਈਕ ਜਦ ਤੱਕ ਮੈਂ ਗਿਰੂੰਗਾ ਨਹੀਂ ਮੈਂ ਹੋਰ ਅੱਗੇ ਜਾ ਹੀ ਨਹੀਂ ਸਕਦਾ, ਠੀਕ ਹੈ। ਮਤਲਬ ਉਹ ਚੀਜ਼ ਆ ਕਿ ਤੁਸੀਂ ਆਪਣੇ ਹਾਰਨ ਨੂੰ ਹਾਰ ਨਾ ਮੰਨੋ, ਲਰਨਿੰਗ ਮੰਨੋ। ਬੜੀ ਸਹੀ ਗੱਲ ਕਹੀ ਸਿੱਧੂ ਭਾਈ ਨੇ, ਸਤਿ ਸ਼੍ਰੀ ਅਕਾਲ।